ਅਮਰੀਕਾ ਦੇ ਨਿਊ ਮੈਕਸੀਕੋ ਏਰੀਏ 'ਚ ਟਰੱਕ ਦਾ ਬਹੁਤ ਵੱਡਾ ਹਾਦਸਾ ਹੋਇਆ ਹੈ ਤੇ ਇਸ ਹਾਦਸੇ ਵਿੱਚ ਦਸੂਹਾ ਪੰਜਾਬ ਦੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਨੌਜਵਾਨ ਦਸੂਹਾ ਦੇ ਪਿੰਡ ਟਰਕਿਆਣਾ ਦੇ ਰਹਿਣ ਵਾਲੇ ਸੀ। ਇਸ ਵੀਰ ਦਾ ਨਾਮ ਸੁਖਜਿੰਦਰ ਸਿੰਘ ਹੈ ਤੇ ਇਸ ਵੀਰ ਦਾ ਨਾਮ ਸਿਮਰਨਜੀਤ ਸਿੰਘ ਹੈ। ਜਦੋਂ ਇਹ ਟਰੱਕ ਹਾਦਸਾ ਹੁੰਦਾ ਹੈ ਤਾਂ ਨੌਜਵਾਨ ਟਰੱਕ 'ਚ ਹੁੰਦੇ ਨੇ। ਦੋਵਾਂ ਦੀ ਉਮਰ ਵੀ ਸੇਮ ਹੈ, 23 ਸਾਲ ਸੁਖਜਿੰਦਰ ਦੀ ਉਮਰ ਹੈ ਤੇ 23 ਸਾਲ ਹੀ ਸਿਮਰਨ ਦੀ ਉਮਰ ਹੈ। ਜਾਣਕਾਰੀ ਮੁਤਾਬਕ ਦੋਵੇਂ ਵੀਰ ਇਕੱਠੇ ਹੀ ਅਮਰੀਕਾ ਗਏ ਸੀ। ਹੋ ਸਕਦਾ ਸੀ ਹਾਦਸੇ ਤੋਂ ਬਾਅਦ ਨੌਜਵਾਨਾਂ ਦੀ ਜਾਨ ਬਚ ਜਾਂਦੀ, ਪਰ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਸਾਰਾ ਕੈਬਨ ਹੀ ਅੰਦਰ ਵੜ ਗਿਆ, ਜਿਸ ਕਰਕੇ 6 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਟਰਾਲੇ ਵਿੱਚੋਂ ਨੌਜਵਾਨਾਂ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ। ਭਰਾਵਾਂ ਵਾਂਗ ਦੋਵੇਂ ਨੌਜਵਾਨ ਰਹਿੰਦੇ ਸੀ, ਉਮਰ ਵੀ ਸੇਮ ਸੀ, ਪਿੰਡ ਵੀ ਸੇਮ ਸੀ, ਬੜੇ ਹੀ ਜਿਗਰੀ ਦੋਸਤ ਸੀ ਤੇ ਜਾਨ ਵੀ ਦੋਵਾਂ ਦੀ ਇਕੱਠਿਆਂ ਦੀ ਹੀ ਗਈ। ਟਰੱਕ ਚਲਾਉਂਦੇ ਦੌਰਾਨ ਟਰੱਕ ਦੀ ਟੱਕਰ ਹੁੰਦੀ ਹੈ ਤੇ ਭਿਆਨਕ ਹਾਦਸਾ ਵਾਪਰਦਾ, ਜਿਹਦੇ ਚੱਲਦੇ ਇਹਨਾਂ ਦੋਵਾਂ ਨੌਜਵਾਨਾਂ ਦੀ ਜਾਨ ਚਲੀ ਜਾਂਦੀ ਹੈ। ਨੌਜਵਾਨ ਪੁੱਤਾਂ ਦੇ ਜਾਣ ਤੋਂ ਬਾਅਦ ਪੂਰਾ ਪਰਿਵਾਰ ਹੀ ਸਦਮੇ ਵਿੱਚ ਹੈ। ਹੁਣ ਵਧੀਆ ਕਮਾਈ ਕਰਨ ਦਾ ਟਾਈਮ ਆਇਆ ਸੀ ਤੇ ਰੱਬ ਨੇ ਪਹਿਲਾਂ ਹੀ ਆਪਣੇ ਤੋਂ ਬੁਲਾ ਲਿਆ। ਹਲੇ ਪੂਰੀ ਜ਼ਿੰਦਗੀ ਪਈ ਸੀ, ਵਿਆਹ ਹੋਣੀ ਸੀ, ਪਰ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ। ਪਰਮਾਤਮਾ ਇਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਉਹਦੇ ਲਈ ਤੁਸੀਂ ਵੀ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਨੌਜਵਾਨ ਮੁੰਡਿਆਂ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ।